ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਅਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ, ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ ਡਾਕਟਰ ਸਾਹਿਬ। ਅੱਜ 28 ਮਈ 2013, 15 ਜੇਠ, ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਅਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇਜਿਸ, ਟੈਕਸ ਮੈਸੇਜਿਸ, ਫੇਸਬੁੱਕ ਮੈਸੇਜਿਸ ਅਤੇ ਟਵਿੱਟਰ ਮੈਸੇਜ ਤੋਂ ਸ਼ੁਰੂ ਕਰਦੇ ਹਾਂ ਜੀ। ਸਾਡਾ ਪਹਿਲਾ ਮੈਸੇਜ ਸਰਦਾਰ ਗੁਲਵਿੰਗ ਸਿੰਘ ਹੋਰਾਂ ਦਾ ਹੈ। ਇਹ ਲਿਖਦੇ ਹਨ, ਜਿਸ ਤਰ੍ਹਾਂ ਤੁਸੀਂ ਸੱਚ ਦੀ ਗੱਲ TV84 'ਤੇ ਕਰਦੇ ਹੋ, ਮੈਂ ਕਈ ਵਾਰ ਸੋਚਦਾ ਹਾਂ ਕਿ ਐਂਟੀ ਸਿੱਖ ਲਾਬੀ ਦਾ ਕੀ ਹਾਲ ਹੁੰਦਾ ਹੋਵੇਗਾ। ਉਹ ਕਿੰਨੀ ਕੋਸ਼ਿਸ਼ ਕਰ ਰਹੇ ਹੋਣਗੇ ਇਸ ਨੂੰ ਬੰਦ ਕਰਵਾਉਣ ਦੀ। ਆਪਦਾ ਇਸ ਬਾਰੇ ਕੀ ਵਿਚਾਰ ਹੈ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਤਾਂ ਵੀਰ ਗੁਲਵਿੰਗ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਆਪਣਾ ਕਮੈਂਟ ਜਿਹੜਾ ਉਹ ਵੈਬਸਾਈਟ ਦੇ ਉੱਤੇ ਦਿੱਤੇ ਜੀ। ਇਸ ਗੱਲ ਤੋਂ ਵੀ ਉਹਨਾਂ ਦਾ ਪੰਥ ਪਿਆਰ ਝਲਕਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਪ੍ਰੋਗਰਾਮ ਰਾਹੀਂ ਜੋ ਕਿ ਸੱਚੀ ਹਕੀਕਤ ਸਾਰੀਆਂ ਘਟਨਾਵਾਂ ਦੀ ਬਿਆਨ ਕਰਦੇ ਜੀ, ਔਰ ਖਾਸ ਤੌਰ 'ਤੇ ਸਿੱਖ ਪਰਸਪੈਕਟਿਵ, ਸਿੱਖ ਐਂਗਲ। ਔਰ ਮੈਨੂੰ ਯਾਦ ਹੈ ਕਿ ਜਦੋਂ ਇਸ ਪ੍ਰੋਗਰਾਮ ਦੇ ਫਾਰਮੈਟ ਬਾਰੇ ਗੱਲਬਾਤ ਹੋ ਰਹੀ ਸੀ ਜੀ, ਅਤੇ ਇੱਕ ਵਿਚਾਰ ਸੀ ਕਿ ਵੀ ਇਸ ਤਰ੍ਹਾਂ ਹੀ ਅਸੀਂ ਕੀ ਕਹਿਣਾ ਚਾਹੁੰਦੇ ਜੀ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਬੇਸ਼ੱਕ ਇਜ਼ਰਾਈਲ ਦੀਆਂ ਅੱਜ ਦੀਆਂ ਨੀਤੀਆਂ ਨਾਲ ਸਾਡੀ ਸਹਿਮਤੀ ਨਹੀਂ ਹੈ ਜੀ, ਪਰ ਉਹਨਾਂ ਦੀ ਜਿਹੜੀ ਏਜੰਸੀ ਹੈ, ਉਹਨਾਂ ਦਾ ਇੱਕ ਮੈਸੇਜ ਹੈ ਔਰ ਉਹਨਾਂ ਦੀ ਮਿਸ਼ਨ ਸਟੇਟਮੈਂਟ ਹੈ ਜੀ। ਔਰ ਉਹ ਮਿਸ਼ਨ ਸਟੇਟਮੈਂਟ ਹੈ ਕਿ ਦੁਨੀਆ 'ਚ ਜਦੋਂ ਵੀ ਕੋਈ ਦੋ ਦੇਸ਼ ਆਪਸ 'ਚ ਮਿਲਦੇ ਨੇ, ਦੋ ਬੰਦੇ ਮਿਲਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਸਮਝੌਤਾ ਕਰਦੇ ਨੇ, ਉਹਦੀ ਕੀ ਆਊਟਕਮ ਹੁੰਦੀ ਹੈ, ਉਹ ਨੇਸ਼ਨ ਆਫ ਇਜ਼ਰਾਈਲ ਜਾਂ ਯਹੂਦੀਆਂ ਨਾਲ ਕਿਵੇਂ ਰਿਲੇਟਡ ਹੈ ਜੀ, ਇਹ ਸਾਡੀ ਮਿਸ਼ਨ ਸਟੇਟਮੈਂਟ ਹੈ। ਸੋ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਘਟਨਾ ਹੋ ਰਹੀ ਹੈ, ਉਹਦਾ ਸਿੱਖ ਪਰਸਪੈਕਟਿਵ ਕੀ ਹੈ, ਉਹਦਾ ਸਿੱਖ ਐਂਗਲ ਕੀ ਹੈ, ਉਹਦਾ ਸਿੱਖਾਂ ਦੀ ਸੁਰੱਖਿਆ ਨਾਲ ਕੀ ਸੰਬੰਧ ਹੈ, ਜਾਂ ਉਹਦਾ ਸਾਡੇ ਦੇਸ਼ ਖਾਲਿਸਤਾਨ ਦੀ ਕਾਇਮੀ ਦੇ ਲਈ ਉਹ ਸਾਰੀ ਘਟਨਾ ਜਿਹੜੀ ਹੈ ਉਹ ਕਿਵੇਂ ਰਿਫਲੈਕਟ ਕਰੇਗੀ, ਅਸੀਂ ਇਸ ਆਈਨੇ ਦੇ ਨਾਲ ਜਿਹੜਾ ਉਹ ਘਟਨਾਕ੍ਰਮ ਨੂੰ, ਘਟਨਾਵਾਂ ਨੂੰ ਜਿਹੜਾ ਉਹ ਡਿਸਕਸ ਕਰਾਂਗੇ ਔਰ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਸੋ ਜ਼ਾਹਰ ਹੈ ਵੀ ਸਾਡਾ ਮਕਸਦ ਕੋਈ ਕਿਸੇ ਦਾ ਐਂਟੀ ਹੋਣਾ ਨਹੀਂ ਹੈ। ਇੰਡੀਅਨ ਸਟੇਟ ਜਿਹੜੀ ਕਿ ਇੱਕ ਰਿਪਰੈਸਿਵ ਸਟੇਟ ਹੈ, ਜ਼ਾਲਮ ਸਟੇਟ ਹੈ, ਜਿਸ ਦੇ ਨਕਸ਼ੇ ਦੇ ਵਿੱਚ ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ, ਦਲਿਤ ਸਾਰੇ ਹੀ ਸਫ਼ਰ ਕਰ ਰਹੇ ਨੇ। ਛੋਟੀ ਜਿਹੀ ਇੱਕ ਗਿਣਤੀ ਨੇ ਉੱਚੀਆਂ ਜ਼ਾਤਾਂ ਨਾਲ ਸੰਬੰਧਿਤ ਲੋਕ ਜਿਨ੍ਹਾਂ ਨੇ ਲੋਕਤੰਤਰ ਦੇ ਨਾਂ ਥੱਲੇ ਜਿਹੜੀ ਆ ਉਹ ਪਾਵਰ ਹਥਿਆਈ ਹੋਈ ਹੈ। ਉਹਨਾਂ ਦੇ ਆਪਣੇ ਪੈਸੇ ਸਵਿਸ ਬੈਂਕਾਂ 'ਚ ਨੇ, ਨਿਆਣੇ ਉਹਨਾਂ ਦੇ ਅਮਰੀਕਾ, ਕਨੇਡਾ, ਇੰਗਲੈਂਡ 'ਚ ਨੇ। ਕੋਮਨ ਬੰਦਾ ਜਿਹੜਾ ਉਹ ਭਾਰਤ ਦੇ ਨਕਸ਼ੇ ਵਿੱਚ ਵੀ ਸਫ਼ਰ ਕਰ ਰਿਹਾ। ਸੋ ਸਾਡੀ ਲੜਾਈ ਨਾ ਤਾਂ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨਾਲ ਹੈ, ਨਾ ਹੀ ਭਾਰਤ ਦੇ 40% ਤੋਂ ਜ਼ਿਆਦਾ ਉਹ ਗਰੀਬੀ ਦੇ ਮਾਰੇ ਲੋਕ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਨਸੀਬ ਨਹੀਂ ਹੁੰਦੀ, ਜਾਂ 700-800 ਮਿਲੀਅਨ ਉਹ ਜਿਨ੍ਹਾਂ ਦੇ ਕੋਲ ਪੀਣ ਲਈ ਸਾਫ਼ ਪਾਣੀ ਨਹੀਂ ਹੈ, ਸੈਨੀਟੇਸ਼ਨ ਫੈਸਿਲਿਟੀਜ਼ ਨਹੀਂ ਹੈ। ਸੋ ਸਾਡੀ ਲੜਾਈ ਉਹਨਾਂ ਦੇ ਨਾਲ ਵੀ ਨਹੀਂ ਹੈ, ਸਗੋਂ ਅਸੀਂ ਤਾਂ ਖਾਲਿਸਤਾਨ ਦੀ ਕਾਇਮੀ ਦੇ ਨਾਲ ਉਸ ਖਿੱਤੇ ਦੇ ਵਿੱਚ ਉਹ ਇੱਕ ਰੋਲ ਮਾਡਲ ਸਟੇਟ ਸਿਰਜਣਾ ਚਾਹੁੰਦੇ ਹਾਂ, ਜਿਹੜੀ ਕਿ ਫਿਰ ਬਾਕੀ ਸਾਊਥ ਏਸ਼ੀਅਨ ਕੰਟਰੀਜ਼ ਦੇ ਲਈ ਵੀ ਉਹਨਾਂ ਦਾ ਆਦਰਸ਼ ਹੋਏ ਜੀ। ਔਰ ਦੁਨੀਆ ਦੇ ਵਿੱਚ ਅਸੀਂ ਫਸਟ ਵਰਲਡ ਕੰਟਰੀ ਦੇ ਤੌਰ 'ਤੇ ਯੂਰੋਪੀਅਨ ਕੰਟਰੀਜ਼ ਦੀ ਤਰਜ਼ ਦੇ ਉੱਤੇ ਇਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਮਾਈਨਸ ਕਰਕੇ ਅਸੀਂ ਦੁਨੀਆ ਦੇ ਵਿੱਚ ਸੱਚਮੁੱਚ ਹਲੇਮੀ ਰਾਜ, ਸਰਬੱਤ ਦੇ ਭਲੇ ਦਾ ਰਾਜ, ਗੁਰੂ ਨਾਨਕ ਸਾਹਿਬ ਦਾ ਉਹ ਥਾਟ ਜਿਹਦੇ 'ਚ ਕਿ ਮਨੁੱਖਤਾ ਦਾ ਪਿਆਰ ਮੂਲ ਹੈ, ਕੁਦਰਤ ਦੀਆਂ ਨਿਮਤਾਂ ਸਭ ਦੇ ਲਈ ਨੇ, ਉਸ ਨੂੰ ਸਿਰਜ ਸਕੀਏ। ਸੋ ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਕੌਮੀ ਸਥਿਤੀ ਨੂੰ ਜਾਂਚੀਏ, ਇਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਆਪਣੀ ਦੁਸ਼ਮਣ ਤਾਕਤ ਇੰਡੀਅਨ ਸਟੇਟ ਦੇ, ਖਾਸ ਤੌਰ 'ਤੇ ਜਿਹੜੇ ਉਹਨਾਂ ਦੇ ਪ੍ਰੋਪੇਗੈਂਡਾ ਮਸ਼ੀਨਰੀ ਦੇ ਥਾਂ ਥਾਂ 'ਤੇ ਖਿਲਰੇ ਹੋਏ ਪੁਰਜੇ ਨੇ, ਜਿਨ੍ਹਾਂ ਦੇ ਰਾਹੀਂ ਉਹ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਇੰਟਰਨੈਟ, ਸਰਕਾਰਾਂ ਨਾਲ ਸੰਧੀਆਂ, ਐਕਸਟ੍ਰਾਡੀਸ਼ਨ ਟ੍ਰੀਟੀਜ਼, ਹੋਰ ਸਾਰੇ ਕੰਮਾਂ ਦੇ ਰਾਹੀਂ ਸਿੱਖਾਂ ਨੂੰ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦਾ ਵੀ ਉਹਨਾਂ ਦਾ ਏਜੰਡਾ ਹੈ, ਉਹਨਾਂ ਨੂੰ ਡੀਰੇਲ ਕਰਨ ਦਾ ਵੀ ਏਜੰਡਾ ਹੈ, ਪੰਜਾਬ ਦੇ ਵਿੱਚ ਜ਼ੁਲਮ ਦੇ ਨਾਲ ਉਹਨਾਂ ਨੂੰ ਚੁੱਪ ਕਰਾਇਆ ਹੋਇਆ ਹੈ।
ਡੀਮੋਰਲਾਈਜ਼ ਕਰਨ ਦੀ ਗੱਲ ਹੈ, ਫਾਂਸੀਆਂ 'ਤੇ ਚਾੜਨ ਦੀ ਗੱਲ ਹੈ। ਸੋ ਜ਼ਾਹਰ ਹੈ ਵੀ ਅਸੀਂ ਆਪਣੇ ਸੀਮਤ ਸਾਧਨਾਂ ਨਾਲ ਜਾਂ ਇਸ ਇੱਕ ਘੰਟੇ ਦੇ ਪ੍ਰੋਗਰਾਮ ਦੇ ਫੋਰਮੈਟ ਦੇ ਵਿੱਚ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਾਂ, ਔਰ ਜਿਹੜਾ ਸਾਡਾ ਯਤਨ ਹੁੰਦਾ ਜੋ ਵੀ ਤੁਹਾਡੇ ਤੱਕ ਪਹੁੰਚਦਾ ਉਸ ਦੇ ਲਈ ਬਹੁਤ ਸਾਰੇ ਵੀਰਾਂ ਭੈਣਾਂ ਦੀ ਮਿਹਨਤ ਉਸ ਵਿੱਚ ਸ਼ਾਮਿਲ ਹੁੰਦੀ ਹੈ, ਕਿਉਂਕਿ ਉਹਦੇ 'ਚ ਜਿਹੜਾ ਵੀ ਕੋਈ ਵੀਰ ਭੈਣ ਦੇਖਦਾ ਕਿ ਇਹ ਗੱਲ ਆਫ ਇੰਟਰਸਟ ਹੈ, ਉਹ ਸਾਡੇ ਨਾਲ ਰਾਬਤਾ ਕਰਦੇ ਨੇ, ਸਾਨੂੰ ਈਮੇਲ ਭੇਜਦੇ ਨੇ, ਫੋਨ ਕਰਦੇ ਨੇ, ਇਸ ਤਰ੍ਹਾਂ ਸਾਡੀ ਜਾਣਕਾਰੀ ਦਾ ਦਾਇਰਾ ਵੀ ਵਸੀਹ ਹੁੰਦਾ, ਸਾਨੂੰ ਵੀ ਜਿੰਨੀ ਗੁਰੂ ਨੇ ਸਮਰੱਥਾ ਦਿੱਤੀ ਹੈ ਸਾਡਾ ਯਤਨ ਹੁੰਦਾ ਕਿ ਅਸੀਂ ਆਪਣਾ ਬੈਸਟ ਜਿਹੜਾ ਟਾਈਮ ਹੈ ਔਰ ਬੈਸਟ ਜਿਹੜੀ ਰੀਸਰਚ ਹੈ ਇਸ ਮਾਮਲੇ 'ਚ ਕਰਕੇ ਆਪਣੇ ਦਰਸ਼ਕਾਂ ਦੇ ਸਾਹਮਣੇ ਆਈਏ। ਫਿਰ ਸਾਡਾ ਇਹ ਵੀ ਯਤਨ ਹੁੰਦਾ ਕਿ ਕੋਈ ਐਸੀ ਗੱਲ ਨਾ ਹੋਏ ਜਿਹੜੀ ਅੰਤਰਰਾਸ਼ਟਰੀ ਕਾਨੂੰਨਾਂ ਦੀ ਖਿਲਾਫ ਵਰਜ਼ੀ ਹੋਏ, ਕੋਈ ਜਜ਼ਬਾਤ ਜਾਂ ਭਾਵਨਾ ਦੀ ਰੌਂ 'ਚ ਕੋਈ ਐਸੀ ਗੱਲ ਨਾ ਕਹੀ ਜਾਏ ਜਿਹੜੀ ਕਿ ਕਾਨੂੰਨ ਦੀ ਪਕੜ 'ਚ ਆਉਂਦੀ ਹੋਏ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ, ਅਸੀਂ ਆਪਣਾ ਫਰਜ਼ ਨਿਭਾਉਣ ਦਾ ਯਤਨ ਕਰ ਰਹੇ ਹਾਂ, ਔਰ ਜ਼ਾਹਰ ਹੈ ਕਿ ਜੇ ਸਾਡੇ ਆਪਣਿਆਂ ਨੂੰ ਚਾਅ ਚੜ੍ਹਦੇ ਔਰ ਜਿਵੇਂ ਸਾਡੀਆਂ ਸਾਨੂੰ ਈਮੇਲਸ ਔਰ ਸਾਰੇ ਮੈਸੇਜਿਸ ਡਿਫਰੈਂਟ ਅੱਜ ਦੇ ਜਿਹੜੇ ਸੋਰਸ ਨੇ ਟਵਿੱਟਰ ਹੋਏ ਫੇਸਬੁੱਕ ਹੋਏ ਉਹ ਮਿਲਦੇ ਨੇ, ਉਸ ਤੋਂ ਜ਼ਾਹਰ ਹੈ ਵੀ ਆਪਣਿਆਂ ਦੇ ਦਿਲ 'ਚ ਖੁਸ਼ੀ ਹੈ। ਸੋ ਇਸ ਦੇ ਲਈ ਮੈਂ ਅਕਸਰ ਡਾਕਟਰ ਅੰਬੇਦਕਰ ਦੀ ਇਹ ਗੱਲ ਦੁਹਰਾਉਂਦਾ ਜਦੋਂ ਕਿ ਉਹ ਕਹਿੰਦੇ ਨੇ ਕਿ ਵੀ ਜਦੋਂ ਬਹੁ ਗਿਣਤੀ ਬੜੀ ਖੁਸ਼ ਹੋਏ ਅਤੇ ਸਮਝੋ ਵੀ ਘੱਟ ਗਿਣਤੀਆਂ ਦਾ ਬੇੜਾ ਗਰਕ ਹੋ ਰਿਹਾ, ਅਤੇ ਜਦੋਂ ਉਹ ਚੀਕਾਂ ਮਾਰਦੇ ਹੋਣ ਤਾਂ ਸਮਝੋ ਵੀ ਘੱਟ ਗਿਣਤੀਆਂ ਦਾ ਭਲਾ ਹੋ ਰਿਹਾ। ਸੋ ਕੋਈ ਵੀ ਮੁੱਦਾ ਜਿਹੜਾ ਹੈ, ਔਰ ਇਹ ਬੜਾ ਇੱਕ ਸਿੰਪਲਿਸਟਿਕ ਸਟੇਟਮੈਂਟ ਹੈ ਪਰ ਕਾਫੀ ਹੱਦ ਤੱਕ ਇਹ ਠੀਕ ਹੈ। ਅਮਰੀਕਾ ਦੇ ਵਿੱਚ ਕਾਂਗਰੈਸ਼ਨਲ ਸਿੱਖ ਕੌਕਸ ਬਣੀ, ਸਿੱਖਾਂ ਨੂੰ ਸ਼ਾਇਦ ਪਤਾ ਵੀ ਨਹੀਂ ਲੱਗਦਾ ਕਿ ਵੀ ਇਹ ਕੌਕਸ ਕੀ ਹੈ, ਇਹਦੇ ਕੀ ਫਾਇਦੇ ਹੋਣਗੇ, ਇਹਦੀ ਸਿਆਸੀ ਇੰਪੋਰਟੈਂਸ ਕੀ ਹੈ। ਉਹਨਾਂ ਦੇ ਦੁਮ ਛੱਲਿਆਂ ਨੇ ਦੁਨੀਆ ਭਰ 'ਚ ਇੰਨੀਆਂ ਚੀਕਾਂ ਮਾਰੀਆਂ, ਉਹਨਾਂ ਦੀ ਹਕੂਮਤ ਨੇ, ਉਹਨਾਂ ਦੀ ਐਂਬੈਸਡਰ ਨੇ ਇੱਥੇ, ਕਿ ਆਮ ਸਿੱਖਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਕੋਈ ਜ਼ਰੂਰ ਚੰਗਾ ਕੰਮ ਹੋਇਆ, ਭਲੇ ਦਾ ਕੰਮ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਇਮਾਨਦਾਰੀ ਨਾਲ ਸੱਚ ਦੇ ਰਸਤੇ 'ਤੇ ਤੁਰਨ ਦਾ ਯਤਨ ਕਰ ਰਹੇ ਹਾਂ, ਪਰ ਨਾ ਹੀ ਅਸੀਂ ਕਦੇ ਇਹ ਦਾਅਵਾ ਕੀਤਾ ਕਿ ਸਾਡੀ ਹਰ ਗੱਲ ਠੀਕ ਹੋਏਗੀ, ਨਾ ਹੀ ਸਾਡੀ ਇਹ ਐਕਸਪੈਕਟੇਸ਼ਨ ਹੈ ਕਿ ਹਰ ਸਾਡਾ ਵੀਰ ਭੈਣ ਸਾਡੇ ਨਾਲ ਸਹਿਮਤ ਹੋਏ। ਸੋ ਅਸੀਂ ਇਸ ਗੱਲ ਨੂੰ ਇਨਕਰੇਜ ਕਰਦੇ ਹਾਂ ਕਿ ਜਿਹੜੇ ਸਾਡੇ ਨਾਲ ਨਹੀਂ ਸਹਿਮਤ ਉਹ ਵੀ ਪਾਰਟਿਸਪੇਟ ਕਰਨ, ਉਹ ਸਾਨੂੰ ਆਪਣਾ ਨਜ਼ਰੀਆ ਦੇਣ, ਉਹ ਦੱਸਣ ਕਿ ਉਹਨਾਂ ਦੇ ਕੋਲ ਹੋਰ ਕਿਹੜਾ ਬਿਹਤਰ ਸੋਲਿਊਸ਼ਨ ਹੈ ਖਾਲਿਸਤਾਨ ਤੋਂ ਬਿਨਾਂ, ਉਹ ਸਾਨੂੰ ਦੱਸਣ ਵੀ ਹੋਰ ਕਿਹੜੀ ਬਿਹਤਰ ਪਹੁੰਚ ਹੋ ਸਕਦੀ ਹੈ। ਔਰ ਇਹਦੇ ਨਾਲ ਅਸੀਂ ਈਵਨ ਲਿਟਰੇਚਰ ਦੇ ਹਵਾਲੇ ਨਾਲ ਵੀ ਹਮੇਸ਼ਾ ਇਨਕਰੇਜ ਕੀਤਾ ਵੀ ਜਿਹੜੇ ਵੀ ਕ੍ਰੀਏਟਿਵ ਰਾਈਟਿੰਗ ਕਰਦੇ ਨੇ, ਉਹ ਭਾਵੇਂ ਪੋਇਟਰੀ ਹੈ, ਸ਼ਾਰਟ ਸਟੋਰੀ ਹੈ, ਜਾਂ ਕੋਈ ਕਿਸੇ ਦੀ ਹੋਰ ਕ੍ਰੀਏਟਿਵ ਰਾਈਟਿੰਗ ਵੀ ਹੈ, ਮਿੰਨੀ ਕਹਾਣੀ ਵੀ ਹੈ, ਸੋ ਅਸੀਂ ਉਹਨੂੰ ਵੀ ਇਨਕਰੇਜ ਕਰਾਂਗੇ ਉਸ ਪਾਰਟ ਨੂੰ ਵੀ, ਜਿਹੜਾ ਕਿ ਸਾਡੇ ਇਸ ਯਕੀਨ ਨੂੰ ਹੋਰ ਵੀ ਪੁਖਤਾ ਕਰੇ, ਹੋਰ ਵੀ ਮਜ਼ਬੂਤ ਬਣਾਏ ਕਿ ਖਾਲਿਸਤਾਨ ਸਾਡੀ ਡੈਸਟਨੀ ਹੈ, ਔਰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਰੁਕਾਵਟਾਂ ਦੇ ਬਾਵਜੂਦ ਅਲਟੀਮੇਟਲੀ ਅਸੀਂ ਇਸ ਨੂੰ ਹਾਸਲ ਕਰਨਾ। ਸੋ ਵੀਰ ਗੁਰਬਿੰਦ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਗੁਰਪ੍ਰੀਤ ਸਿੰਘ ਲਵਲੀ ਜੀ ਦੀ ਹੈ, ਇਹ ਲਿਖਦੇ ਹਨ, ਖਾਲਸਾ ਸ਼ੈਲ ਰੂਲ ਸੂਨਰ ਔਰ ਲੇਟਰ। ਹਾਂ ਡਾਕਟਰ ਸਾਹਿਬ, ਦੇਖੋ ਇਹਨੂੰ ਕਹਿੰਦੇ ਨੇ ਕੁੱਜੇ 'ਚ ਸਮੁੰਦਰ ਬੱਧ ਕਰਨਾ। ਸੋ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਲਵਲੀ ਜੀ ਦਾ ਧੰਨਵਾਦ ਜੀ, ਅਤੇ ਉਹਨਾਂ ਨੇ ਇੱਕੋ ਹੀ ਸਟੇਟਮੈਂਟ ਦੇ ਵਿੱਚ ਗੱਲ ਮੁਕਾ ਦਿੱਤੀ ਕਿ ਭਾਈ ਖਾਲਸਾ ਸ਼ੈਲ ਰੂਲ ਸੂਨਰ ਔਰ ਲੇਟਰ, ਅੱਜ ਜਾਂ ਕੱਲ, ਡੈਸਟਨੀ ਸਾਡੀ ਹੈ। ਔਰ ਇਹੀ ਮੈਂ ਸਮਝਦਾ ਵੀ ਜੇ ਹਰ ਸਿੱਖ ਦੀ ਇਹ ਸਪਿਰਿਟ ਹੋਏ ਕਿ ਅਸੀਂ ਰਾਜ ਲੈਣਾ ਹੀ ਹੈ, ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਜਿਹੜਾ ਸਿੱਖਾਂ ਦਾ ਰਿਜ਼ੋਲਵ ਸੀ। ਬਹੁਤ ਬਾਅਦ 'ਚ ਇਹਨੇ ਹੈਨਰੀ ਪੈਟਰਿਕ ਨੇ ਇਹ ਸਲੋਗਨ ਦਿੱਤਾ ਕਿ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਜਿਹੜਾ ਅਮਰੀਕਨ ਆਜ਼ਾਦੀ ਦਾ ਇੱਕ ਬੜਾ ਕੀ ਸਲੋਗਨ ਬਣਿਆ ਕਿ ਜਾਂ ਮੈਨੂੰ ਮੌਤ ਚਾਹੀਦੀ ਹੈ ਜਾਂ ਮੈਨੂੰ ਆਜ਼ਾਦੀ ਚਾਹੀਦੀ ਹੈ। ਪਰ ਇਸ ਤੋਂ ਬਹੁਤ ਪਹਿਲਾਂ ਸਿੱਖਾਂ ਨੇ ਇਹ ਆਪਣਾ ਜਿਹੜਾ ਰੱਖਿਆ ਸੀ ਨਿਸ਼ਾਨਾ ਕਿ ਭਾਈ ਅਸੀਂ ਜਾਂ ਰਾਜ ਕਰਾਂਗੇ ਅਤੇ ਜਾਂ ਰਾਜ ਲਈ ਲੜਦੇ ਮਰ ਜਾਵਾਂਗੇ, ਸ਼ਹੀਦ ਹੋ ਜਾਵਾਂਗੇ, ਗੁਲਾਮੀ ਨਹੀਂ ਕਬੂਲਾਂਗੇ। ਸੋ ਇਹ ਸਾਡਾ ਫੇਥ, ਔਰ ਇਹੀ ਜਦੋਂ ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ, ਇਹ ਕੋਈ ਮੰਤਰ ਤਾਂ ਨਹੀਂ ਹੈ ਪੜ੍ਹਨ ਦੇ ਲਈ ਜਾਂ ਇਹ ਕੋਈ ਰਸਮ ਤਾਂ ਨਹੀਂ ਹੈ, ਇਹ ਇਸ ਵਿਸ਼ਵਾਸ ਨੂੰ ਹੀ ਰੋਜ਼ਾਨਾ ਪੁਖਤਾ ਕਰਨ ਦੀ ਗੱਲ ਸੀ ਕਿ ਖਾਲਸਾ ਸ਼ੈਲ ਰੂਲ, ਰਾਜ ਕਰੇਗਾ ਖਾਲਸਾ ਦੀ ਐਗਜੈਕਟ ਅੰਗਰੇਜ਼ੀ ਇਹ ਹੈ ਕਿ ਖਾਲਸਾ ਸ਼ੈਲ ਰੂਲ। ਔਰ ਇਹ ਜੇ ਫੇਥ ਰਹੇਗਾ ਤਾਂ ਫਿਰ ਨੋ ਮੈਟਰ ਕਿੰਨੀਆਂ ਰੁਕਾਵਟਾਂ ਆਉਂਦੀਆਂ ਨੇ, ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ, ਦੇਸ਼ ਕਾਲ ਕਿੱਥੇ ਗਿਆ, ਸੋਵੀਅਤ ਯੂਨੀਅਨ ਵਰਗਾ ਪਾਵਰਫੁੱਲ ਮੁਲਕ ਦੁਨੀਆ ਦੇ ਨਕਸ਼ੇ 'ਤੇ ਜਿਹਨੇ ਸਭ ਤੋਂ ਪਹਿਲਾਂ ਕਦੇ ਸਪੇਸ ਦੇ ਵਿੱਚ ਬੰਦਾ ਭੇਜਿਆ ਸੀ, ਰੈੱਡ ਆਰਮੀ
ਨਿਊਕਲੀਅਰ ਪਾਵਰ ਜੀ, ਵੀਅਤਨਾਮ ਵਰਗੇ ਉਹ ਨਿਖਾ ਜਿਹਾ ਜਿਹਨਾਂ ਦੇ ਕੋਲ ਪੈਰਾਂ 'ਚ ਪਾਉਣ ਨੂੰ ਜੁੱਤੀ ਨਹੀਂ ਸੀ, ਪੈਂਟਾਂ ਪਾਉਣ ਨੂੰ ਨਹੀਂ ਸੀ, ਉਹਨਾਂ ਨੇ ਸਧਾਰਨ ਆਪਣੇ ਉਸ ਰਿਜ਼ੋਲਵ ਦੇ ਨਾਲ ਅਮਰੀਕਾ ਵਰਗੀ ਸੁਪਰ ਪਾਵਰ ਨੂੰ ਜਿਹਨੇ ਆਪਣਾ 60,000 ਤੋਂ ਜ਼ਿਆਦਾ ਸੋਲਜਰ ਮਰਵਾਇਆ ਉੱਥੋਂ ਭੱਜਣ 'ਤੇ ਮਜਬੂਰ ਕਰ ਦਿੱਤਾ। ਅਫਗਾਨਾਂ ਦੀ ਗੱਲ, ਪਿਛਲੇ 20-25 ਸਾਲ 'ਚ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਅਤੇ ਸਾਰੀਆਂ ਨੈਟੋ ਫੋਰਸਿਸ ਨੂੰ ਹਰਾ ਕੇ ਵਾਪਸ ਜਾਣ 'ਤੇ ਮਜਬੂਰ ਕਰ ਦਿੱਤੇ। ਸੋ ਗੱਲ ਰਿਜ਼ੋਲਵ ਦੀ ਹੁੰਦੀ ਆ, ਅਲਟੀਮੇਟ ਪਾਵਰ ਤੁਹਾਡੀ ਵਿਲ 'ਚ ਹੁੰਦੀ ਹੈ। ਜੇ ਤੁਹਾਡੀ ਵਿਲ ਹੈ ਕਿ ਅਸੀਂ ਰੂਲ ਕਰਨਾ, ਅਸੀਂ ਰਾਜ ਕਰਨਾ, ਅਸੀਂ ਆਪਣਾ ਹੱਕ ਲੈਣਾ, ਆਪਣੀ ਫਰੀਡਮ ਲੈਣੀ ਹੈ, ਅਸੀਂ ਇਹ ਨਹੀਂ ਕਹਿੰਦੇ ਅਸੀਂ ਦੂਸਰਿਆਂ ਦੇ ਹੱਕ ਖੋਣੇ ਨੇ। ਰਾਜ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਦੂਸਰਿਆਂ ਨੂੰ ਗੁਲਾਮ ਬਣਾਉਣਾ। ਇਹ ਤਾਂ ਜਦੋਂ 18ਵੀਂ ਸਦੀ 'ਚ ਯੂਨਾਈਟਿਡ ਨੇਸ਼ਨਸ ਵਰਗੀ ਨਹੀਂ ਵੀ ਸੰਸਥਾ ਬਣੀ ਸੀ, ਉਦੋਂ ਵੀ ਸਿੱਖਾਂ ਨੇ ਜਦੋਂ ਇੱਕ ਸਦੀ ਦੀ ਸਟਰਗਲ ਤੋਂ ਬਾਅਦ ਰਾਜ ਭਾਗ ਲਿਆ, ਉਹਨਾਂ ਨੇ ਉਹ ਰਾਜ ਸ਼ਕਤੀ ਹਿੰਦੂਆਂ ਨਾਲ, ਮੁਸਲਮਾਨਾਂ ਨਾਲ, ਈਵਨ ਯੂਰਪ ਦੇ ਈਸਾਈਆਂ ਨਾਲ ਵੀ 52 ਤੋਂ ਜ਼ਿਆਦਾ ਆਫੀਸਰਸ ਬਾਹਰਲੇ ਇਟੈਲੀਅਨ, ਰਸ਼ੀਅਨ, ਅਮੈਰੀਕਨ ਆ ਕੇ ਸਿੱਖਾਂ ਦੇ ਰਾਜ ਦੇ ਵਿੱਚ ਨੌਕਰੀ ਕਰਦੇ ਨੇ, ਪਾਵਰ ਸ਼ੇਅਰ ਕੀਤੀ ਔਰ ਉਹਨਾਂ ਨੂੰ ਫੇਅਰ ਸ਼ੇਅਰ ਦਿੱਤਾ। ਤਾਂ ਉਸ ਜ਼ਮਾਨੇ ਜਦੋਂ ਕੋਈ ਅੰਤਰਰਾਸ਼ਟਰੀ ਕਾਨੂੰਨ ਨਹੀਂ ਸੀ, ਸਿੱਖਾਂ ਨੇ ਇਸ ਡਿਸਿਪਲਨ ਨੂੰ ਮੰਨਿਆ। ਹੁਣ ਤਾਂ ਦੁਨੀਆ ਇੱਕ ਸਿਵਲਾਈਜ਼ਡ ਸੁਸਾਇਟੀ ਹੈ, ਤੁਸੀਂ ਕਿਸੇ ਦੇ ਹੱਕ ਖੋਣ ਦੀ ਗੱਲ ਨਹੀਂ ਕਰ ਸਕਦੇ। ਇਹ ਤਾਂ ਸਿੱਖੀ ਦੇ ਵਿੱਚ ਹੀ ਐਂਟਾਗੋਨਿਸਟਿਕ ਹੈ ਇਹ ਥੋਟ ਹੀ, ਪਰ ਫੇਥ ਇਹੀ ਰਹਿਣਾ ਚਾਹੀਦਾ ਹੈ, ਖਾਲਸਾ ਸ਼ੈਲ ਰੂਲ ਸੂਨਰ ਔਰ ਲੇਟਰ। ਜੀ ਜੀ ਬਿਲਕੁਲ। ਇਹ ਈਮੇਲ ਮੈਸੇਜ ਵੀਰ ਪਵਨਦੀਪ ਸਿੰਘ ਜੀ ਦਾ ਹੈ। ਡਾਕਟਰ ਸਾਹਿਬ, ਅਸੀਂ ਤੁਹਾਨੂੰ ਸਿੱਖ ਪੰਥ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਬਾਰੇ ਸਭ ਕੁਝ ਪੁੱਛ ਲੈਂਦੇ ਹਾਂ, ਪਰ ਤੁਸੀਂ ਕਿਰਪਾ ਕਰਕੇ ਆਪਣੇ ਬਾਰੇ ਵੀ ਕੁਝ ਦੱਸੋ। ਤੁਸੀਂ ਖਾਲਿਸਤਾਨ ਅਫੇਅਰ ਸੈਂਟਰ ਕਿਵੇਂ ਸ਼ੁਰੂ ਕੀਤਾ? ਕੀ ਪ੍ਰੋਗਰਾਮ ਸੱਚੋ ਸੱਚ ਹਰ ਰੋਜ਼ ਆਉਂਦਾ ਹੈ? ਕਿਉਂਕਿ ਮੈਂ ਜਦੋਂ ਯੂਟਿਊਬ 'ਤੇ ਵੀਡੀਓਜ਼ ਦੇਖਦਾ ਹਾਂ ਤਾਂ ਕਿਸੇ ਕਿਸੇ ਦਿਨ ਦੀਆਂ ਹੁੰਦੀਆਂ ਹਨ। ਧੰਨਵਾਦ। ਹਾਂਜੀ ਡਾਕਟਰ ਸਾਹਿਬ, ਵੀਰ ਪਵਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਸਾਨੂੰ ਲਿਖਿਆ ਹੀ ਨਹੀਂ, ਲਗਾਤਾਰ ਲਿਖਦੇ ਨੇ ਜੀ। ਅੱਜ ਕੱਲ੍ਹ ਇਹ ਥੋੜ੍ਹੇ ਜਿਹੇ ਜਜ਼ਬਾਤੀ ਹੋਏ ਹੋਏ ਨੇ, ਨਿੱਜੀ ਜਾਣਕਾਰੀ ਦਿੰਦੇ ਵੀ ਨੇ, ਮੰਗਦੇ ਵੀ ਨੇ, ਗੱਲਬਾਤ ਵੀ ਚਾਹੁੰਦੇ ਨੇ ਜੀ ਜੀ। ਦੇਖੋ, ਪਹਿਲੀ ਗੱਲ ਤਾਂ ਮੁੱਢਲੇ ਤੌਰ 'ਤੇ ਖਾਲਿਸਤਾਨ ਅਫੇਅਰ ਸੈਂਟਰ ਨਵੰਬਰ 1991 ਦੇ ਵਿੱਚ, ਇਹ ਉਹ ਪੀਰੀਅਡ ਸੀ ਕਿ ਪੰਜਾਬ ਦੇ ਵਿੱਚ ਪੰਥਕ ਕਮੇਟੀ ਜਿਹੜੀ ਹੈ ਉਹ ਰੀਕੰਸਟਰਕਟ ਹੋਈ ਸੀ ਜੀ। ਔਰ 4,000 ਜਥੇਬੰਦੀਆਂ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਪਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ, ਸਿੱਖ ਸਟੂਡੈਂਟ ਫੈਡਰੇਸ਼ਨ ਜੀ, ਇਹ ਆਪਣਾ ਮਿਲੀਟੈਂਸੀ ਰਾਹੀਂ ਰੋਲ ਅਦਾ ਕਰ ਰਹੀਆਂ ਸਨ। ਭਾਵੇਂ ਦੂਸਰੀਆਂ ਵੀ ਜਿਹੜੀਆਂ ਜਥੇਬੰਦੀਆਂ ਇਹਦੇ ਸਰਕਲ 'ਚ ਨਹੀਂ ਵੀ ਸੀ, ਉਹ ਵੀ ਜਿਹੜੀਆਂ ਨੇ ਆਪਣੇ ਜਿਹੜਾ ਉਹ ਸਟਰਗਲ 'ਚ ਯੋਗਦਾਨ ਪਾ ਰਹੀਆਂ ਸੀ। ਉਹਨਾਂ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਜੀ, ਜਿਹੜਾ ਬਾਅਦ ਦੇ ਵਿੱਚ ਇਹਨਾਂ 4,000 ਜਥੇਬੰਦੀਆਂ ਦਾ ਹੀ ਹਿੱਸਾ ਬਣਿਆ ਜਦੋਂ। ਸੋ ਉਹ ਇਹ ਮਹਿਸੂਸ ਕਰਦੇ ਸੀ ਕਿ ਵੀ ਅਸੀਂ ਤਾਂ ਇੱਥੇ, ਸਾਡੀ ਮਜਬੂਰੀ ਹੈ ਜਾਂ ਅਸੀਂ ਉਸ ਸਿਚੁਏਸ਼ਨ 'ਤੇ ਪੁਸ਼ ਕਰ ਦਿੱਤੇ ਗਏ ਹਾਂ ਕਿ ਆਪਣੀ ਆਜ਼ਾਦੀ ਦੇ ਲਈ ਲੜਨਾ ਇਹ ਸਾਡੇ ਲਈ ਅਣਖ ਦੀ ਗੱਲ ਹੈ ਔਰ ਅਸੀਂ ਲੜਾਂਗੇ। ਪਰ ਉਹ ਇਹ ਮਹਿਸੂਸ ਕਰਦੇ ਸੀ ਕਿ ਇਸ ਆਵਾਜ਼ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਪੋਲੀਟੀਕਲ ਈਡੀਅਮ 'ਚ ਪਹੁੰਚਾਉਣ ਦੇ ਲਈ ਸਾਡਾ ਆਪਣਾ ਆਧਾਰ ਹੋਣਾ ਚਾਹੀਦਾ, ਤਾਂ ਕਿ ਪੀਸਫੁਲ ਤਰੀਕੇ ਦੇ ਨਾਲ ਜਿਹੜੀ ਸਟਰਗਲ ਦਾ ਪੋਲੀਟੀਕਲ ਮੈਸੇਜ ਹੈ ਉਹ ਬਾਹਰ ਜਾਏ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਨਵੰਬਰ ਦੇ ਪਹਿਲੇ ਹਫ਼ਤੇ ਯੂਬਾ ਸਿਟੀ ਦੇ ਸਭ ਤੋਂ ਵੱਡੇ ਸਿੱਖਾਂ ਦੇ ਇਕੱਠ ਦੇ ਵਿੱਚ, ਜਿਹਦੇ 'ਚ 1,00,000 ਦੇ ਕਰੀਬ ਸਿੱਖ ਸੰਗਤਾਂ ਹੁੰਦੀਆਂ ਨੇ, ਉਸ ਵੇਲੇ ਜਥੇਦਾਰ ਸਤਿੰਦਰਪਾਲ ਸਿੰਘ ਕੈਨੇਡਾ ਤੋਂ ਉਹ ਮੈਂਬਰ ਸਨ ਪੰਥਕ ਕਮੇਟੀ ਦੇ। ਸੋ ਪੰਥਕ ਕਮੇਟੀ ਦੇ ਕੰਸੈਂਸਸ ਨਾਲ ਉਹਨਾਂ ਨੇ ਇਹ ਐਲਾਨ ਕੀਤਾ ਕਿ ਖਾਲਿਸਤਾਨ ਅਫੇਅਰ ਸੈਂਟਰ ਇਸ ਪੋਲੀਟੀਕਲ ਮੈਸੇਜ ਨੂੰ ਅੱਗੇ ਤੋਰੇਗਾ ਔਰ ਸਾਨੂੰ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਜਿਹੜਾ ਉਹ ਨੋਮੀਨੇਟ ਕੀਤਾ ਗਿਆ। ਸੋ ਉਦੋਂ ਤੋਂ ਇਹ ਸਾਡੀ ਸ਼ੁਰੂਆਤੀ ਦੌਰ ਸੀ। 3-4 ਸਾਲ ਅਸੀਂ ਕੈਲੀਫੋਰਨੀਆ ਦੇ ਵਿੱਚ ਹੀ ਸੈਂਟਾ ਕਲੈਰਾ 'ਚ ਇੱਕ ਦਫ਼ਤਰ ਬਣਾ ਕੇ ਇਹਨੂੰ ਰਨ ਕੀਤਾ। 1994 ਦੇ ਐਂਡ 'ਚ ਅਸੀਂ ਵਾਸ਼ਿੰਗਟਨ DC ਆਏ। ਹੁਣ ਨੈਸ਼ਨਲ ਪ੍ਰੈਸ ਬਿਲਡਿੰਗ ਦੇ ਵਿੱਚ ਪਿਛਲੇ 1994 ਐਂਡ ਤੋਂ ਹੀ ਖਾਲਿਸਤਾਨ ਅਫੇਅਰ ਸੈਂਟਰ ਫੰਕਸ਼ਨ ਕਰਦਾ ਔਰ ਸਾਡਾ ਮਕਸਦ ਜਿਹੜਾ ਉਹ ਕੌਮ ਦੀ ਸੱਚ ਦੀ ਗੱਲ ਨੂੰ ਪਹੁੰਚਾਉਣਾ ਹੈ। ਅਸੀਂ ਇਹਨਾਂ ਮੁਲਕਾਂ ਦੇ ਕਾਨੂੰਨ ਦੀ ਜ਼ਦ 'ਚ ਰਹਿੰਦੇ ਹਾਂ, ਇੰਟਰਨੈਸ਼ਨਲ ਕਾਨੂੰਨ ਦੀ ਜ਼ਦ 'ਚ ਰਹਿੰਦੇ ਹਾਂ, ਇਸ ਗੱਲ ਨੂੰ ਅੱਗੇ ਤੋਰ ਰਹੇ ਹਾਂ। ਔਰ ਇਸ TV ਪ੍ਰੋਗਰਾਮ ਰਾਹੀਂ ਸਾਡੇ ਨਾਲ ਵੀਰ ਪਵਨਦੀਪ ਸਿੰਘ ਵਰਗੇ ਵੀਰ ਵੀ ਜੁੜੇ ਨੇ ਜਿਹੜੇ ਦੂਰ ਦੁਰਾਡੇ ਬੈਠੇ ਇਸ ਗੱਲ ਨੂੰ ਜਿਹੜਾ ਮਹਿਸੂਸ ਵੀ ਕਰਦੇ ਨੇ, ਲਿਖਦੇ ਵੀ ਨੇ। ਵੀਡੀਓਜ਼ ਸਾਡੀ ਕੋਸ਼ਿਸ਼ ਹੁੰਦੀ ਹੈ ਰੈਗੂਲਰਲੀ ਅਪਲੋਡ ਹੋਣ। ਕਈ ਵਾਰੀ ਥੋੜ੍ਹਾ ਬਹੁਤ ਬੈਕਲੌਗ ਹੁੰਦਾ ਜਿਨ੍ਹਾਂ ਨੇ ਅਪਲੋਡ ਕਰਨਾ, ਕਈ ਵਾਰੀ ਉਹਨਾਂ ਦੀ ਆਪਣੀ ਟਾਈਮਿੰਗ ਦੀ ਐਡਜਸਟਮੈਂਟ ਨਹੀਂ ਹੈ, ਬਟ ਹੁਣ ਜਿਹੜਾ ਉਹ ਰੈਗੂਲਰਲੀ ਅਪਲੋਡ ਹੋਣਗੀਆਂ। ਪਿਛਲੇ 3 ਦਿਨ ਦੀਆਂ ਪੈਂਡਿੰਗ ਨੇ, ਬਟ ਆਉਣ ਵਾਲੇ ਹਫ਼ਤੇ 'ਚ
ਜ਼ਰੂਰ ਅਪਲੋਡ ਹੋਣਗੇ ਜੀ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।